Thank you. Thank you. Thank you. No, it doesn't matter. ਜਿਹੜਾ ਗੁਰੂ ਨਾਨਕ ਸਾਹਿਬ ਜਗਤ ਪਿਤਾ ਦਾ ਸੰਦੇਸ਼ ਹੈਗਾ, ਅਮਨ, ਸ਼ਾਂਤੀ, ਪਿਆਰ, ਭਾਈਚਾਰਕ ਸਾਂਝ, ਜਿੱਥੇ ਇਸ ਪੈਗਾਮ ਨੂੰ ਦੁਨੀਆਂ ਭਰ 'ਚ ਫੈਲਾਉਣ ਵਾਸਤੇ ਜਿਸ ਸਮੇਂ 'ਚ ਦੁਨੀਆਂ ਵਿੱਚ ਹਨੇਰਾ ਸੀ, ਲੜਾਈ ਸੀ, ਊਚ ਨੀਚ ਸੀ, ਹਰ ਤਰ੍ਹਾਂ ਦਾ ਔਖਾ ਸਮਾਂ ਸੀ, ਉਸ ਟਾਈਮ ਜਗਤ ਪਿਤਾ ਇਸ ਧਰਤੀ 'ਚ ਆਏ ਅਤੇ ਇਹ ਸੁਨੇਹਾ ਦੇ ਕੇ ਕਿ ਪਰਮਾਤਮਾ ਇੱਕ ਹੈ, ਅਸੀਂ ਹਰ ਉਸ ਪਰਮਾਤਮਾ ਦੇ ਬੱਚੇ ਹਾਂ, ਅਤੇ ਇਹ ਸੁਨੇਹਾ ਨੂੰ ਕੋਨੇ ਕੋਨੇ 'ਚ ਲਿਜਾ ਕੇ ਅਮਨ ਸ਼ਾਂਤੀ ਨੂੰ ਉਹਨਾਂ ਨੇ ਪ੍ਰਚਲਿਤ ਕੀਤਾ। ਇਨਸਾਨੀਅਤ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੁਨੇਹਾ ਦਿੱਤਾ। ਅੱਜ ਮੈਂ ਆਪਣੇ ਆਪ ਨੂੰ ਵਡਪਾਕਾ ਸਮਝਦੀ ਹਾਂ ਕਿਉਂਕਿ 70 ਸਾਲ ਦੀ ਸਾਡੇ ਕੌਮ ਦੀ, ਲੋਕਾਂ ਦੀ ਦਿਨ ਰਾਤ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਨੇ ਪ੍ਰਵਾਨ ਕਰਦੇ ਹੋਏ ਅੱਜ ਇੱਕ ਚਮਤਕਾਰ ਜਿੱਥੇ ਪਰਸੋਂ ਆਪਣੀ ਧਰਤੀ ਵਿੱਚ ਮੈਂ ਦੇਖਿਆ, ਅੱਜ ਇਸ ਧਰਤੀ ਵਿੱਚ ਮੈਂ ਦੇਖਣ ਜਾ ਰਹੀ ਹਾਂ। ਦੋ ਦੇਸ਼ਾਂ ਦੇ ਵਿੱਚ ਜਿੱਥੇ ਭਾਵੇਂ ਲੰਬੇ ਸਮੇਂ ਤੋਂ ਬਹੁਤ ਸਾਰੀ ਕੜਵਾਹਟ ਸੀਗੀ, ਲੇਕਿਨ ਧੰਨ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਨੂੰ ਅੱਜ ਗੁਰੂ ਸਾਹਿਬ ਨੇ ਆਪ ਕੌਤਕ ਵਰਤਾ ਕੇ ਦਿਖਾਇਆ, ਜਿੱਥੇ ਦੋ ਦੇਸ਼ਾਂ ਦੀ ਸਰਕਾਰਾਂ ਨੇ ਇੱਕ ਇਤਿਹਾਸਿਕ ਫੈਸਲਾ ਲਿੱਤਾ ਅਤੇ ਇਸ ਨਿਮਾਨੇ ਨੂੰ ਮਾਲਿਕ ਦੇ ਚਰਨਾਂ 'ਚ ਕੋਟਾਨ ਕੋਟ ਧੰਨਵਾਦ ਕਰਦੀ ਹਾਂ ਕਿ ਦੋਨੋਂ ਪਾਸੋਂ ਇਤਿਹਾਸ ਨੂੰ ਰਚਦੇ ਹੋਏ ਦੇਖਣ ਦਾ ਇਹ ਮੌਕਾ ਮਿਲਿਆ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਇੱਕ ਰੁਮਾਲੇ ਦੀ ਭੇਟ ਕਰਨ ਵਾਸਤੇ, ਕਿਉਂਕਿ ਜਿਸ ਧਰਤੀ 'ਚ ਮੇਰਾ ਸਰਹੱਦ ਪਾਰ ਕੋਈ ਵੀ ਨਹੀਂ ਹੈਗਾ, ਕੋਈ ਬੁਲਾਉਣ ਵਾਲਾ ਨਹੀਂ, ਕੋਈ ਸੱਦਾ ਨਹੀਂ, ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੁਲਾਵਾ ਦੇ ਕੇ ਨਤਮਸਤਕ ਹੋਣ ਦਾ, ਜਿਵੇਂ ਅੱਜ ਕਰੋੜਾਂ ਅਰਦਾਸਾਂ ਲੋਕਾਂ ਦੀ ਅਰਦਾਸਾਂ ਸਦਕਾ ਅੱਜ ਇਸ ਨਿਮਾਨੇ ਨੂੰ ਮੌਕਾ ਮਿਲ ਰਿਹਾ ਹੈ। ਅੱਜ ਮਾਲਿਕ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗੀ ਕਿ ਮੇਰੇ ਵਰਗੇ ਸਿੱਖ ਕੌਮ ਨੂੰ ਹਮੇਸ਼ਾ ਉਹਨਾਂ ਗੁਰਤਾਮਾ ਦੇ ਦਰਸ਼ਨ ਦੀਦਾਰ ਮਿਲਦੇ ਰਹਿਣ ਜਿੱਦਾਂ ਦੇ ਵਾਸਤੇ ਅਸੀਂ ਅਰਦਾਸਾਂ ਕਰਦੇ ਰਹੇ ਹਾਂ। ਸੋ ਮੇਰੇ ਵਾਸਤੇ ਇੱਕ ਬਹੁਤ ਹੀ ਇਮੋਸ਼ਨਲ ਮੂਮੈਂਟ ਹੈਗਾ ਅਤੇ ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਅਤੇ ਕੋਟਾਨ ਕੋਟ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਾਂ।